ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸਿੰਘ ਜੀ, ਹੁਣ ਮੇਲ ਸਕਿੱਲ 'ਤੇ ਦੇਖਾਂਗੇ ਸ਼ਬਦ। ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ ਰਹਾਉ। ਸੋ ਇਸਦੀ ਕੰਪੋਜੀਸ਼ਨ ਤਿਆਰ ਕੀਤੀ ਹੈ ਭਾਈ ਜੋਗਿੰਦਰ ਸਿੰਘ ਜੀ ਰਿਆਰ, ਤਾਲ ਕੇ ਰਵਾਟ ਮਾਤਰਾ। ਸੋ ਆਓ ਇਸ ਨੂੰ ਪਹਿਲੇ ਗਾਇਨ ਕਰਕੇ ਦੇਖਦੇ ਹਾਂ, ਫਿਰ ਇਸ ਦੀਆਂ ਸੁਰਾਂ ਦੇਖਾਂਗੇ। ਨਾਮ ਕੇ ਵਿਆਪਾਰੀ, ਨਾਮ ਕੇ ਵਿਆਪਾਰੀ, ਹਰ ਕੇ ਨਾਮ ਕੇ ਵਿਆਪਾਰੀ। ਪਹਿਲੇ ਸੁਰਾਂ ਦੇਖਦੇ ਹਾਂ। ਨਾਮ ਕੇ, ਨਾਮ ਕੇ, ਧਾ ਧਾ ਨੀ, ਧਾ ਵੀ ਕੋਮਲ ਹੈ, ਨੀ ਵੀ ਕੋਮਲ ਹੈ, ਅਤੇ ਉੱਪਰ ਸੁਰਾਂ ਲਿਖੀਆਂ ਹਨ, ਆਪ ਨੂੰ ਇੰਨਾ ਜ਼ਿਆਦਾ ਡਿਟੇਲ ਬੋਲਣ ਦੀ ਲੋੜ ਵੀ ਨਹੀਂ ਹੈ। ਅਤੇ ਨਾਮ ਕੇ ਵਿਆਪਾਰੀ, ਵਿਆਪਾਰੀ ਧਾ ਧਾ ਨੀ, ਧਾ ਕੋਮਲ ਹੈ ਅਤੇ ਨੀ ਸ਼ੁੱਧ ਹੈ, ਠੀਕ ਹੈ ਜੀ। ਨਾਮ ਕੇ ਵਿਆਪਾਰੀ, ਇਤਨਾ ਹੋ ਗਿਆ। ਨਾਮ ਕੇ ਮਾਂ ਤੀਵਰ ਦੋ ਵਾਰੀ ਅਤੇ ਧਾ ਕੋਮਲ। ਨਾਮ ਕੇ ਫਿਰ ਵਿਆਪਾਰੀ, ਵਿਆਪਾਰੀ ਮਾਂ ਤੀਵਰ ਦੋ ਵਾਰੀ ਅਤੇ ਨੀ, ਫਿਰ ਤੇ ਇੱਕ ਵਾਰ ਦੇਖ ਲਓ। ਨਾਮ ਕੇ ਵਿਆਪਾਰੀ, ਠੀਕ ਹੈ ਜੀ। ਹਰ ਕੇ ਨੀ ਕੋਮਲ ਅਤੇ ਗਾ, ਹਰ ਕੇ ਨਾਮ ਕੇ, ਨਾਮ ਕੇ, ਨਾਮ ਕੇ ਗਾ ਧਾ ਕੋਮਲ ਮਾਂ ਤੀਵਰ। ਨਾਮ ਕੇ ਵਿਆਪਾਰੀ, ਵਿਆਪਾਰੀ ਗਾ ਗਾ ਕੋਮਲ ਅਤੇ ਧਾ ਕੋਮਲ ਵਿਆਪਾਰੀ। ਹੁਣ ਅਗਲੀ ਪੰਕਤੀ ਹੈ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ ਰਹਾਓ। ਸੋ ਇਸ ਨੂੰ ਹੁਣ ਗਾਇਨ ਕਰਕੇ ਦੇਖਦੇ ਹਾਂ। ਆਓ ਜੀ, ਇਸ ਨੂੰ ਹੁਣ ਗਾਇਨ ਕਰਕੇ ਦੇਖਦੇ ਹਾਂ। ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ, ਦੇਖਦੇ ਹਾਂ। ਹੀਰਾ, ਹੀਰਾ ਗਾ ਕੋਮਲ ਰੇ ਕੋਮਲ ਦੋਨੋਂ ਤਾਰ ਸਪਤਕ ਵਿੱਚ ਹੈ ਅਤੇ ਨੀ, ਹੀਰਾ, ਠੀਕ ਹੈ ਜੀ। ਹਾਥ, ਹਾਥ ਦੋ ਭਾਗ ਹਨ, ਗਾ ਕੋਮਲ, ਫਿਰ ਗਾ ਕੋਮਲ ਗਾ ਸ਼ੁੱਧ ਅਤੇ ਗਾ ਕੋਮਲ ਇਕੱਠੇ ਵੱਜਣਗੇ ਤਿੰਨੋਂ, ਉੱਪਰ ਸੁਰਾਂ ਲਿਖੀਆਂ ਹਨ, ਆਪ ਨੂੰ ਉੱਥੋਂ ਦੇਖ ਸਕਦੇ ਹੋ। ਹਾਥ ਫਿਰ ਚੜਿਆ, ਚੜਿਆ, ਚੜਿਆ ਰੇ ਕੋਮਲ ਤਾਰ ਸਪਤਕ ਵਿੱਚ ਅਤੇ ਨੀ, ਚੜਿਆ, ਚੜਿਆ, ਫਿਰ ਨਿਰਮੋਲਕ, ਨਿਰਮੋਲਕ ਨੀ ਕੋਮਲ, ਫਿਰ ਰੇ ਕੋਮਲ ਇੱਕ ਵਾਰੀ, ਫਿਰ ਦੋ ਵਾਰੀ ਇਕੱਠਾ ਵੱਜੇਗਾ ਮੋਲਕ, ਨਿਰਮੋਲਕ, ਠੀਕ ਹੈ ਜੀ। ਫਿਰ ਛੂਟ ਗਈ, ਛੂਟ, ਛੂਟ, ਛੂਟ ਨੀ ਕੋਮਲ ਧਾ ਕੋਮਲ, ਛੂਟ ਗਈ ਧਾ ਮਾਂ ਤਿਵਰ ਧਾ ਧਾ ਕੋਮਲ ਇਸ ਵਿੱਚ ਗਈ, ਫਿਰ ਇੱਕ ਵਾਰ ਦੇਖੋ, ਛੂਟ ਗਈ, ਫਿਰ
ਸਨ ਸਾ ਡੀ ਤਿੰਨ ਭਾਗ ਹਨ, ਪਹਿਲੇ ਚਾਰ ਸੁਰਾਂ ਇਕੱਠੀਆਂ ਵੱਜਣਗੀਆਂ, ਫਿਰ ਧਾ ਧਾ ਸਾਰੀ ਹੁਣ ਆਰਾਮ ਨਾਲ ਦੇਖੋ ਇਕੱਠੀਆਂ ਵੱਜਣਗੀਆਂ, ਨੀ ਕੋਮਲ ਰੇ ਕੋਮਲ ਤਾਰ ਸਪਤਕ ਵਿੱਚ, ਫਿਰ ਨੀ ਕੋਮਲ, ਇਹ ਚਾਰ ਸੁਰਾਂ ਇਕੱਠੀਆਂ ਵੱਜਣਗੀਆਂ, ਸਾਰੀ ਧਾ ਧਾ ਸਾਰੀ ਧਾ ਕੋਮਲ, ਠੀਕ ਹੈ। ਹੁਣ ਅਗਲੀ ਪੰਕਤੀ, ਉਸ ਤੋਂ ਬਾਅਦ ਫਿਰ ਸਤਾਈ ਫਿਰ ਵੱਜੇਗੀ, ਨਾਮ ਕੇ ਵਿਆਪਾਰੀ, ਅਤੇ ਹੁਣ ਅੰਤਰਾ ਅਸੀਂ ਦੇਖਦੇ ਹਾਂ। ਆਓ ਜੀ ਹੁਣ ਦੇਖਦੇ ਹਾਂ, ਕਿੰਨੀ ਬੰਜਾ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਸੁਰਾ ਦੇਖਦੇ ਕਿੰਨੀ ਗਾ ਰੇ ਨੀ, ਗਾ ਰੇ ਕੋਮਲ ਹੈ ਤਾਰ ਸਪਤਕ ਵਿੱਚ, ਕਿੰਨੀ ਫਿਰ ਬੰਜਿਆ ਬਨ ਜਿਆ ਬਨ ਜਿਆ, ਗਾ ਕੋਮਲ ਤਾਰ ਸਪਤਕ ਵਿੱਚ ਚਾਰ ਵਾਰੀ ਵੱਜੇਗਾ, ਬਨ ਜਿਆ ਫਿਰ ਉਸ ਤੋਂ ਬਾਅਦ ਕਾਂਸੀ ਤਾਂਬਾ, ਕਾਂਸੀ ਕਾਂਸੀ ਰੇ ਕੋਮਲ ਨੀ ਔਰ ਨੀ ਕੋਮਲ, ਕਾਂਸੀ ਕਾਂਸੀ ਤਾਂਬਾ ਤਾਂਬਾ ਰੇ ਕੋਮਲ ਦੋ ਵਾਰੀ ਤਾਰ ਸਪਤਕ, ਕਾਂਸੀ ਤਾਂਬਾ ਫਿਰ ਕਿੰਨੀ ਲੌਂਗ ਸੁਪਾਰੀ, ਕਿੰਨੀ ਨੀ ਕੋਮਲ ਰੇ ਕੋਮਲ ਤਾਰ ਸਪਤਕ ਵਿੱਚ, ਫਿਰ ਨੀ ਧਾ ਕਿੰਨੀ ਫਿਰ ਲੌਂਗ 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 ਵਾਸਤੇ ਮਾਂ ਤਿਵਰ ਧਾ ਕੋਮਲ, ਫਿਰ ਨੀ ਕੋਮਲ ਅਤੇ ਰੇ ਕੋਮਲ ਇਕੱਠਾ ਵੱਜਣਗੀਆਂ, ਰੇ ਤਾਰ ਸਪਤਕ ਵਿੱਚ, ਫਿਰ ਸੁਪਾਰੀ ਸੁਪਾਰੀ ਸੂ ਨੀ ਨੀ ਕੋਮਲ ਇਕੱਠਾ ਵੱਜੇਗਾ, ਸੂ ਸੂ ਠੀਕ ਹੈ ਜੀ। ਸੋ ਅਗਲੀ ਪੰਕਤੀ ਹੈ ਜੀ ਅੰਤਰੇ ਦੀ, ਸੰਤੋ ਬੰਜਿਆ ਨਾਮ ਗੋਬਿੰਦ ਗੋਬਿੰਦ ਕਾ ਐਸੀ ਪੇਖ ਹਮਾਰੀ। ਸੋ ਇਸ ਦੀਆਂ ਸੁਰਾਂ ਬਿਲਕੁਲ ਹੀ ਸੇਮ ਹਨ ਜੋ ਅਸੀਂ ਹੁਣ ਪੰਕਤੀ ਕੀਤੀ ਹੈ, ਕਿੰਨੀ ਬੰਜਿਆ ਕਾਂਸੀ ਤਾਂਬਾ ਕਿੰਨੀ ਲੌਂਗ ਸੁਪਾਰੀ, ਆਪ ਨੂੰ ਗਾਇਨ ਕਰਕੇ ਦਿਖਾ ਦਿੰਦੇ ਹਾਂ ਅਤੇ ਆਪ ਇਸਨੂੰ ਆਰਾਮ ਨਾਲ ਉਸੇ ਸੇਮ ਸੁਰਾਂ 'ਤੇ ਕੱਢ ਸਕਦੇ ਹੋ। ਤੋ ਇਸ ਨੂੰ ਦੁਬਾਰਾ ਸਾਰੀ ਸੁਰਾਂ ਬੋਲਣ ਦੀ ਲੋੜ ਨਹੀਂ ਹੈ, ਸਿਰਫ ਆਪ ਨੂੰ ਗਾਇਨ ਕਰਕੇ ਦਿਖਾ ਦੇਣਾ। ਹੁਣ ਅਗਲੀ ਪੰਕਤੀ ਜਿਹੜੀ ਹੈ, ਸੰਤੋ ਬਨ ਜਿਆ, ਹੁਣ ਪਹਿਲੀ ਪੰਕਤੀ ਜੀ ਕਿੰਨੀ ਲੌਂਗ ਸੁਪਾਰੀ, ਹੁਣ ਅਗਲੀ ਪੰਕਤੀ ਜਿਹੜੀ ਹੈ ਟੂਡਲ ਦੀ ਸਮਾਪਤੀ ਹੁੰਦੀ ਹੈ ਜੀ। ਸੋ ਕੋਈ ਦਿੱਕਤ ਆਵੇ ਤਾਂ ਆਪ ਕਮੈਂਟ ਕਰ ਦੇਣਾ, ਬਾਕੀ ਸੇਮ ਸਾਰੀਆਂ ਪੰਕਤੀਆਂ ਸੇਮ ਹੀ ਸੁਰਾਂ 'ਤੇ ਆ ਜਾਣੀਆਂ। ਸੋ ਆਪ ਸਭ ਦਾ ਸਤਿਸੰਗ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਇਸ ਚੈਨਲ 'ਤੇ ਸਾਥ ਦੇ ਰਹੇ ਹੋ। ਸੋ ਦਿਓ ਸੱਜਣ ਅਸੀਸੜੀਆਂ ਜੋ ਹੋਏ ਸਾਹਿਬ ਸਿਮੇਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।